ਮਨੁਵਾਦੀ ਸੋਚ ਵਾਲੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਸਾਡੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣਕਾਰੀ ਦਿੰਦਿਆਂ ਸੰਤ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮਹਾਂਸਭਾ ਵਿਕਾਸ ਨਗਰ ਚੰਡੀਗੜ੍ਹ ਦੇ ਚੇਅਰਮੈਨ ਦੇਸਰਾਜ ਜੀ ਨੇ ਦੱਸਿਆ ਕਿ ਇੱਥੇ ਸਥਿਤ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਨੂੰ ਤੋੜਨ ਦਾ ਨੋਟਿਸ ਭੇਜਿਆ ਗਿਆ ਹੈ। ਚੰਡੀਗੜ੍ਹ ਨਗਰ ਨਿਗਮ ਵੱਲੋਂ ਭੇਜੇ ਗਏ ਇਸ ਨੋਟਿਸ ਬਾਰੇ ਜਾਣਕਾਰੀ ਦਿੰਦਿਆਂ ਚੇਅਰਮੈਨ ਦੇਸਰਾਜ ਜੀ ਨੇ ਕਿਹਾ ਕਿ ਇਸ ਨੂੰ ਲੈ ਕੇ ਸਮੂਹ ਸੰਗਤ ਵਿੱਚ ਭਾਰੀ ਰੋਸ ਹੈ ਅਤੇ ਨਾਲ ਹੀ ਉਹਨਾਂ ਨੇ ਸਮੂਹ ਸੰਗਤ ਤੋਂ ਇਸ ਨੋਟਿਸ ਖਿਲਾਫ਼ ਆਵਾਜ਼ ਉਠਾਉਣ ਅਤੇ ਉਹਨਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਗੁਰਦੇਵ ਧੰਨ ਗੁਰਦੇਵ ਸਾਥੀਓ, ਮੈਂ ਅੱਜ ਖੜਾ ਹੂੰ ਸ਼੍ਰੀ ਗੁਰੂ ਰਵਿਦਾਸ ਮਹਾਸਭਾ ਵਿਕਾਸ ਨਗਰ ਕੇ ਅੰਦਰ। ਤੋ ਮੈਂ ਆਪ ਸਭੀ ਕੋ ਬਤਾਨਾ ਚਾਹਤਾ ਹੂੰ ਕਿ ਆਜ ਨਗਰ ਨਿਗਮ ਚੰਡੀਗੜ੍ਹ ਨੇ ਇੱਕ ਹਮੇ ਨੋਟਿਸ ਭੇਜਾ ਹੈ ਮੰਦਿਰਪੁਰ ਡਿਮੋਲਾਈਜ ਕਰਨੇ ਕੇ ਲੀਏ, ਜਿਸਕੇ ਅੰਦਰ ਹਮੇ ਚਾਰ ਹਫਤੇ ਕਾ ਸਮੇਂ ਦਿਆ ਗਿਆ ਹੈ। ਮੈਂ ਆਪਕੋ ਬਤਾਨਾ ਚਾਹਤਾ ਹੂੰ, ਹਮਾਰਾ ਇਹ ਜੋ ਛੋਟਾ ਸਾ ਮੰਦਿਰ ਹੈ, ਇਹ ਪਿਛਲੇ 20 ਸਾਲ ਸੇ ਯਹਾਂ ਬਣਾ ਹੁਆ ਹੈ, ਜਿਸਕੇ ਅੰਦਰ ਹਮਾਰੇ ਸਮਾਜ ਕੇ ਸਭੀ ਲੋਕ ਆਪਣੇ ਵਿਚਾਰ ਪ੍ਰਗਟ ਕਰਤੇ ਹੈ, ਇੱਕ ਦੂਸਰੇ ਕੇ ਦੁੱਖ ਸੁੱਖ ਸਾਂਝਾ ਕਰਤੇ ਹੈ। ਇਸ ਸਭਾ ਕੇ ਸਾਥ ਕਰੀਬ ਕਰੀਬ ਯਹਾਂ 2000 ਲੋਕ ਜੁੜੇ ਹੋਏ ਹੈ। ਸਾਥੀਓ, ਆਜ ਜੋ ਇਹ ਨੋਟਿਸ ਆਇਆ ਹੈ, ਇਸਕਾ ਹਮ ਵਿਰੋਧ ਕਰਤੇ ਹੈ, ਔਰ ਮੈਂ ਆਪਸੇ ਬੇਨਤੀ ਕਰਤਾ ਹੂੰ ਕਿ ਆਪ ਲੋਕ ਪੂਰਾ ਸਮਾਜ ਇਸ ਤੁਗਲਕੀ ਫਰਮਾਨ ਕੋ ਰੋਕਨੇ ਕੇ ਲੀਏ ਹਮਾਰਾ ਸਾਥ ਦੇ। ਬਹੁਤ ਬਹੁਤ ਸ਼ੁਕਰੀਆ। ਜੈ ਭੀਮ।